ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਰਮਨ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ ਯੂਟਿਊਬ ਚੈਨਲ 'ਤੇ। ਅੱਜ ਮੈਂ ਤੁਹਾਡੇ ਲਈ ਬਹੁਤ ਹੀ ਵਧੀਆ ਖੁਸ਼ਖਬਰੀ ਲੈ ਕੇ ਆਇਆ, ਜਿਸ ਦੇ ਵਿੱਚ ਬਹੁਤ ਵਧੀਆ ਭਰਤੀ ਜਿਹੜੀ ਆਊਟ ਕਰ ਦਿੱਤੀ ਗਈ ਹੈ। ਜਿਵੇਂ ਕਿ ਅਸੀਂ ਤੁਹਾਨੂੰ ਕੁਝ ਦਿਨ ਪਹਿਲਾਂ ਜਿਹੜਾ ਅਪਡੇਟ ਦਿੱਤਾ ਸੀਗਾ ਕਿ ਜਿਹੜੀਆਂ ਭਰਤੀਆਂ ਜਿਹੜੀਆਂ ਨੇ ਆਉਣ ਵਾਲੀਆਂ ਨੇ ਕੁਛ ਡਿਪਾਰਟਮੈਂਟਸ ਦੇ ਵਿੱਚ, ਤਾਂ ਉਹ ਭਰਤੀਆਂ ਫਾਈਨਲੀ ਜਿਹੜੀਆਂ ਨੇ ਆਊਟ ਹੋ ਚੁੱਕੀਆਂ। ਉਹਨਾਂ 'ਚੋਂ ਇੱਕ ਨੋਟੀਫਿਕੇਸ਼ਨ ਆਊਟ ਕਰ ਦਿੱਤਾ ਗਿਆ ਹੈ। ਕਿਹੜਾ ਨੋਟੀਫਿਕੇਸ਼ਨ ਹੈ, ਕਿੱਦਾਂ ਤੁਸੀਂ ਅਪਲਾਈ ਕਰਨਾ ਹੈ, ਕੀ ਵੈਕੈਂਸੀਜ਼ ਆਊਟ ਕੀਤੀਆਂ ਗਈਆਂ, ਕਿੰਨੀਆਂ ਵੈਕੈਂਸੀਜ਼ ਨੇ, ਪੂਰਾ ਪ੍ਰੋਸੈਸ ਡਿਟੇਲ ਦੇ ਵਿੱਚ ਤੁਹਾਨੂੰ ਦੱਸਾਂਗਾ ਇਸ ਵੀਡੀਓ ਦੇ ਵਿੱਚ। ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਜੀ। ਫਸਟ ਟਾਈਮ ਸਾਡੇ ਚੈਨਲ 'ਤੇ ਆ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅਤੇ ਨਾਲ ਦੀ ਨਾਲ ਬੈੱਲ ਆਈਕਨ ਵੀ ਦਬਾ ਦੇਣਾ। ਉਹਦੇ ਨਾਲ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਮੋਬਾਈਲ ਦੇ ਵਿੱਚ ਤੁਹਾਨੂੰ ਮਿਲਦਾ ਰਹੇਗਾ, ਔਰ ਤੁਸੀਂ ਟਾਈਮ ਸਿਰ ਉਹ ਨੋਟੀਫਿਕੇਸ਼ਨ ਦੇ ਥਰੂ ਜਿਹੜਾ ਹਰ ਇੱਕ ਅਪਡੇਟ ਲੈ ਸਕਦੇ ਹੋ। ਉਹਦੇ ਲਈ ਤੁਸੀਂ ਸਾਡੀ ਵੈਬਸਾਈਟ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ, ਜੋ ਕਿ www.glory.com ਹੈ। ਉਸ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਨੋਟੀਫਿਕੇਸ਼ਨ ਅਸੀਂ ਅਪਡੇਟ ਕਰਦੇ ਹੀ ਰਹਿੰਦੇ ਹਾਂ, ਚਾਹੇ ਛੋਟੇ ਤੋਂ ਛੋਟਾ ਹੋਵੇ, ਚਾਹੇ ਵੱਡੇ ਤੋਂ ਵੱਡਾ, ਹਰ ਤਰ੍ਹਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਂਦਾ ਹੈ। ਤੁਸੀਂ ਜਲਦੀ ਨਾਲ ਜਾਓ ਅਤੇ ਸਾਡੀ ਵੈਬਸਾਈਟ ਨੂੰ ਵੀ ਸਬਸਕ੍ਰਾਈਬ ਕਰ ਲਵੋ। ਅਤੇ ਨਾਲ ਦੀ ਨਾਲ ਅਗਰ ਕਿਸੇ ਵੀ ਗੌਰਮੈਂਟ ਜੋਬ ਦੀ ਤੁਸੀਂ ਤਿਆਰੀ ਕਰ ਰਹੇ ਹੋ, ਉਹਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ 'ਚ ਤੁਹਾਨੂੰ ਮਿਲ ਜਾਏਗਾ। ਉਹਦੇ ਵਿੱਚ ਹਰ ਇੱਕ ਸਟੱਡੀ ਨੂੰ ਲੈ ਕੇ ਜਿਹੜੇ ਨੇ ਅਲੱਗ ਅਲੱਗ ਜਿਹੜੇ ਨੇ, ਉਹਦੇ ਵਿੱਚ ਤੁਹਾਨੂੰ ਨੋਟਸ ਮਿਲ ਜਾਣਗੇ, ਜਿੱਦਾਂ ਕਿ ਕੰਪਿਊਟਰਸ ਦੇ ਰਿਲੇਟਿਡ ਹੋਣ, ਚਾਹੇ ਉਹ ਜਨਰਲ ਨੌਲੇਜ ਦੇ ਰਿਲੇਟਿਡ ਹੋਣ, ਚਾਹੇ ਇੰਡੀਅਨ ਮਾਡਰਨ ਹਿਸਟਰੀ ਦੇ ਰਿਲੇਟਿਡ ਹੋਣ, ਚਾਹੇ ਏਸ਼ੀਅਨ ਹਿਸਟਰੀ ਦੇ ਰਿਲੇਟਿਡ ਹੋਣ, ਜਾਂ ਜਿਹੜਾ ਇੰਟਾਇਰ ਇੰਡੀਆ ਦਾ ਜੀਕੇ ਹੈ, ਉਹ ਵੀ ਤੁਹਾਨੂੰ ਉੱਥੋਂ ਜਿਹੜੇ ਨੋਟਸ ਨੇ ਉਹ ਮਿਲ ਜਾਣਗੇ। ਤੁਸੀਂ ਜਲਦੀ ਨਾਲ ਜਾ ਕੇ ਡਾਊਨਲੋਡ ਕਰਕੇ ਜਿਹੜੀ ਆਪਣੀ ਤਿਆਰੀ ਪੱਕੀ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਦੱਸਣਾ ਚਾਹਾਂਗਾ, ਨਵੇਂ ਨਵੇਂ ਅਪਡੇਟ ਜਿਹੜੇ ਨੇ ਹੋਰ ਵੀ ਆਊਟ ਹੋ ਰਹੇ ਨੇ, ਜਿੱਦਾਂ ਹੀ ਆਊਟ ਹੋਣਗੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਅਸੀਂ ਪਹੁੰਚਾਵਾਂਗੇ। ਸੋ ਜੁੜੇ ਰਹਿਣਾ ਸਾਡੇ ਚੈਨਲ ਦੇ ਨਾਲ, ਔਰ ਵੀਡੀਓ ਨੂੰ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਨਾ ਨਾ ਭੁੱਲਣਾ ਜੀ। ਅਤੇ ਚਲੋ ਹੁਣ ਤੁਹਾਨੂੰ ਲੈ ਚੱਲਦਾ ਜੀ ਇਸ ਵੀਡੀਓ ਦੇ ਵਿੱਚ, ਜਿਹੜੇ ਦੱਸਣ ਜਾ ਰਹੇ ਨਵਾਂ ਰਿਕਰੂਟਮੈਂਟ ਨੋਟੀਫਿਕੇਸ਼ਨ ਹੈ, ਜਿਹੜਾ ਕਿ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਵਨ ਵਿਭਾਗ ਜਿਹੜਾ ਹੈ ਜੀ, ਸੈਕਟਰ 3 SAS ਨਗਰ ਜਨਤਕ ਸੂਚਨਾ ਕੱਢੀ ਗਈ ਹੈ, ਜਿਸ ਦੇ ਵਿੱਚ 7 ਅਬਲੀਕ 2021 ਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਆਊਟ ਕੀਤਾ ਗਿਆ ਹੈ, ਜਿਹੜਾ ਕਿ ਡਾਇਰੈਕਟੋਰੇਟ ਆਫ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਵੱਲੋਂ ਕੱਢਿਆ ਗਿਆ, ਜਿਸ ਦੇ ਵਿੱਚ ਸੁਪਰਵਾਈਜ਼ਰਸ ਦੀਆਂ 112 ਅਸਾਮੀਆਂ ਭਰਨ ਦੇ ਲਈ ਕੇਵਲ ਯੋਗ ਇਸਤਰੀਆਂ ਉਮੀਦਵਾਰ ਵੱਲੋਂ ਜਿਹੜਾ ਹੈ 12/6/2021 ਤੋਂ ਲੈ ਕੇ 5/7/2021 ਸ਼ਾਮ 5 ਵਜੇ ਤੱਕ ਬੋਰਡ ਦੀ ਵੈਬਸਾਈਟ, ਜੋ ਕਿ https://www.punjab.gov.in 'ਤੇ ਜਿਹੜਾ ਹੈ ਔਨਲਾਈਨ ਸਟਾਰਟ ਹੋ ਚੁੱਕਾ ਹੈ। ਇਸ ਦੇ ਵਿੱਚ ਜਿਹੜਾ ਹਾਲੇ ਇਹਨਾਂ ਨੇ ਸ਼ਾਰਟ ਨੋਟੀਫਿਕੇਸ਼ਨ ਹੀ ਆਊਟ ਕੀਤਾ ਹੈ, ਜਿਹੜਾ ਤੁਸੀਂ ਦੇਖ ਪਾ ਰਹੇ ਹੋ, ਜਿਹੜਾ ਕਿ ਨਿਊਜ਼ ਪੇਪਰ ਦੇ ਵਿੱਚ ਆ ਚੁੱਕਾ ਹੈ। ਇਸ ਦੇ ਰਿਲੇਟਿਡ ਜਿਹੜਾ ਪੂਰੀ ਡਿਟੇਲ, ਮਤਲਬ ਜਿਹੜਾ ਵਿਸਤਾਰਪੂਰਵਕ ਸੂਚਨਾ ਹੈ, ਜਿੱਦਾਂ ਕਿ ਤੁਹਾਡੀ ਕੁਆਲੀਫਿਕੇਸ਼ਨ, ਠੀਕ ਹੈ ਜੀ, ਤੁਹਾਡੀ ਸੈਲਰੀ ਸਕੇਲ ਕੀ ਰਹੇਗੀ, ਤੁਹਾਡੀ ਏਜ ਲਿਮਿਟ ਕੀ ਰਹੇਗੀ, ਔਰ ਇਸ ਦੇ ਵਿੱਚ ਬਾਕੀ ਸਾਰੀ ਡਿਟੇਲ ਜਿਹੜੀ ਉਹਨਾਂ ਦੀ ਵੈਬਸਾਈਟ 'ਤੇ ਜਿਹੜੀ ਉਹ ਅਪਡੇਟ ਜ਼ਰੂਰ ਕਰਨਗੇ, ਜੋ ਕਿ www.punjab.gov.in ਦੇ ਉੱਪਰ। ਜਿੱਦਾਂ ਹੀ ਉਹ ਅਪਡੇਟ ਹੁੰਦੀ ਹੈ, ਮੈਂ ਤੁਹਾਡੇ ਤੱਕ ਜਿਹੜਾ ਕੰਪਲੀਟ ਨੋਟੀਫਿਕੇਸ਼ਨ ਜ਼ਰੂਰ ਅਪਡੇਟ ਕਰਦਾਂਗਾ। ਸੋ ਇਸ ਵੀਡੀਓ ਦੀ ਵੀ ਡਿਸਕ੍ਰਿਪਸ਼ਨ 'ਚ ਤੁਹਾਨੂੰ ਲਿੰਕ ਮਿਲ ਜਾਏਗਾ, ਜਿੱਦਾਂ ਹੀ ਨੋਟੀਫਿਕੇਸ਼ਨ ਆਏਗਾ ਮੈਂ ਆਪਣੇ ਉਸ ਡਿਸਕ੍ਰਿਪਸ਼ਨ ਦੇ ਲਿੰਕ ਦੇ ਉੱਪਰ ਜਿਹੜਾ ਅਪਡੇਟ ਕਰਦਾਂਗਾ। ਤੁਸੀਂ ਉਸ ਲਿੰਕ ਨੂੰ ਆਪਣੇ ਬ੍ਰਾਊਜ਼ਰ ਦੇ ਵਿੱਚ ਸੇਵ ਵੀ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਦੱਸਣਾ ਚਾਹਾਂਗਾ, ਐਜ਼ ਪਰ ਪ੍ਰੀਵੀਅਸ ਜਿਹੜੀ ਹੋਏ ਸੀਗੇ ਭਰਤੀਆਂ ਹੋਈਆਂ ਸੀ, ਉਹਦੇ ਵਿੱਚ ਕੋਈ ਐਗਜ਼ਾਮ ਜਿਹੜਾ ਸੀ ਨਹੀਂ ਲਿੱਤਾ ਗਿਆ ਸੀ, ਬਿਲਕੁਲ ਡਾਇਰੈਕਟ ਰਿਕਰੂਟਮੈਂਟ ਹੈ ਇਹ, ਔਰ ਇਹਦੇ ਵਿੱਚ ਜਿਹੜਾ SSSB ਦੀ ਤੋਂ ਹੀ ਤੁਸੀਂ ਅਪਲਾਈ ਕਰ ਪਾਓਗੇ ਉਹਦੀ ਵੈਬਸਾਈਟ ਤੋਂ। ਔਰ ਇਹ 'ਚ ਅਗਰ ਅਸੀਂ ਏਜ ਲਿਮਿਟ ਦੀ ਗੱਲ ਕਰਦੇ ਹਾਂ, ਤਾਂ ਇਹਦੇ ਵਿੱਚ 18 ਸਾਲ ਤੋਂ ਲੈ ਕੇ 37 ਸਾਲ ਤੱਕ ਦੇ ਕੈਂਡੀਡੇਟ ਜਿਹੜੇ ਨੇ ਉਹ ਅਪਲਾਈ ਕਰ ਸਕਦੇ ਨੇ ਵੁਮਨ ਕੈਂਡੀਡੇਟਸ ਦੇ ਲਈ। ਔਰ ਇਸ ਦੇ ਵਿੱਚ ਜਿਹੜੇ ਐਨੀ ਗ੍ਰੈਜੂਏਟ ਜਿਹੜੀ ਸੀਗੀ ਲਾਸਟ ਟਾਈਮ ਜਿਹਦੇ ਵਿੱਚ ਜਿਹੜੀ ਭਰਤੀ ਸੀਗੀ ਉਹ ਹੋਈ ਸੀਗੀ, ਇਸ ਵਾਰੀ ਵੀ ਸੇਮ ਹੀ ਪ੍ਰੋਸੈਸ ਹੋਏਗਾ, ਕੋਈ ਅਲੱਗ ਨਹੀਂ ਹੋਏਗਾ। ਅਗਰ ਫਿਰ ਵੀ ਕੋਈ ਚੇਂਜਸ ਹੁੰਦੇ ਨੇ ਤਾਂ ਮੈਂ ਜਿੱਦਾਂ ਹੀ ਨੋਟੀਫਿਕੇਸ਼ਨ ਰਿਲੀਜ਼ ਹੋਏਗਾ ਤੁਹਾਡੇ ਤੱਕ ਸਭ ਤੋਂ ਪਹਿਲਾਂ ਜ਼ਰੂਰ ਪਹੁੰਚਾ ਦੇਵਾਂਗਾ। ਤਾਂ ਇਹ ਨੋਟੀਫਿਕੇਸ਼ਨ ਫਾਈਨਲੀ ਰਿਲੀਜ਼ ਹੋ ਚੁੱਕਾ ਹੈ, ਜਿੱਦਾਂ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਕਾਫੀ ਸਾਰੇ ਰਿਕਰੂਟਮੈਂਟ ਜਿਹੜੇ ਨੇ ਉਹ ਪੈਂਡਿੰਗ ਨੇ। ਸੋ ਇਹ ਫਾਈਨਲੀ ਇਹ ਨੋਟੀਫਿਕੇਸ਼ਨ ਹੁਣ ਰਿਲੀਜ਼ ਹੋ ਚੁੱਕਾ ਹੈ। ਹੌਲੀ ਹੌਲੀ ਜਿਹੜੇ ਨੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ 5 ਤੋਂ 10 ਦਿਨਾਂ ਦੇ ਵਿੱਚ ਬਾਕੀ ਨੋਟੀਫਿਕੇਸ਼ਨ ਵੀ ਦੇਖਣ ਨੂੰ ਮਿਲ ਜਾਣਗੇ, ਜਿੱਦਾਂ ਕਿ ਪੰਜਾਬ ਪੁਲਿਸ ਦੇ ਲਈ ਬਹੁਤ ਸਾਰੇ ਕੈਂਡੀਡੇਟ ਵੇਟ ਕਰ ਰਹੇ ਨੇ, ਉਹਦਾ ਨੋਟੀਫਿਕੇਸ਼ਨ ਵੀ ਜਲਦ ਹੀ ਰਿਲੀਜ਼ ਹੋਣ ਵਾਲਾ ਹੈ। ਸੋ ਤੁਹਾਡੀ ਵੇਟ ਜਿਹੜੀ ਉਹ ਖਤਮ ਹੋਣ ਵਾਲੀ ਹੈ ਜੀ। ਸੋ ਜਿੱਦਾਂ ਹੀ ਅਪਡੇਟ ਹੋਏਗਾ ਮੈਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਜ਼ਰੂਰ ਲੈ ਕੇ ਆਵਾਂਗਾ। ਸੋ ਇਹ ਨੋਟੀਫਿਕੇਸ਼ਨ ਅੱਜ ਆਊਟ ਹੋਇਆ, ਤੁਹਾਡੇ ਤੱਕ ਸਭ ਤੋਂ ਪਹਿਲਾਂ ਅਸੀਂ ਪਹੁੰਚਾ ਦਿੱਤਾ ਹੈ। ਕੋਈ ਡਾਊਟ ਹੋਏ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ, ਅਸੀਂ ਤੁਹਾਡੇ ਲਈ ਹਰ ਤਰ੍ਹਾਂ ਦੇ ਅਪਡੇਟ ਲੈ ਕੇ ਆਉਂਦੇ ਹੀ ਰਹਾਂਗੇ। ਸੋ ਇਹ ਸੀਗਾ ਅੱਜ ਦਾ ਅਪਡੇਟ, ਮੈਂ ਤੁਹਾਨੂੰ ਮਿਲਾਂਗਾ ਨਵੇਂ ਅਪਡੇਟ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।